ਲੋ ਵੀ ਜਲੇਬੀਆਂ ਗਈਆਂ ਆ ਵੇਖੋ ਖਾ ਕੇ ਰੜਵੀ ਆ ਕਿ ਨਹੀਂ ਬਿਆ ਬਿਆ ਉਹ ਫੈਮਲੀ ਉਹ ਤੇ ਗੱਡੀ ਚ ਦੇ ਦਾ ਗੱਡੀ ਦੇ ਆ ਬੱਚਿਆਂ ਦੇ ਦਾ ਐ ਰੋਡ ਤੇ ਜਮੀ ਜਾਂਦੀ ਹੈ ਇਧਰ ਨਹੀਂ ਜਾਂਦੀ ਸਵਾ ਗਾ ਕੀ ਕਰਦਾ ਤੇ ਕਿਤਾਬਾਂ ਛਿੱਤਰਦਾ ਓਏ ਤੱਕ ਯਾਦ ਰਹਿੰਦੀ ਆ ਮਰਦ ਨੂੰ ਤਾਨਾ ਪੇਚ ਨੂੰ ਪਾਨਾ ਤੇ ਲੱਕੜ ਨੂੰ ਫਾਨਾ ਰਗੜ ਕੇ ਤਾਂ ਜਾਂਦੇ ਆ ਸਿਰੋਂ ਲੱਥੀ ਪੱਗ ਬਨਾਰਸੀ ਠੱਗ ਤੇ ਹਾਰ ਦੀ ਅੱਗ ਤਿੰਨੇ ਗੱਲਾਂ ਬੁੜੀਆਂ ਨੇ ਚੋਰਾਂ ਦਾ ਲੁੱਟਿਆ ਪੁਲਿਸ ਦਾ ਕੁੱਟਿਆ ਤੇ ਰੰਨਾਂ ਦਾ ਪੁੱਟਿਆ ਤਾਂ ਆਪ ਜੱਦੀ ਹੁੰਦਾ ਦੀ ਚੁੱਤੀ ਤੰਗ ਦਮੇ ਦੀ ਖੰਗ ਤੇ ਜਵਾਈ ਮੰਗ ਇਹ ਰੰਡੀ ਦਾ ਲੋਕਾਂ ਦਾ ਅਸੀਂ ਪੁੱਤ ਕਬੱਡੀ ਦੇ असलामुअलैकुम सारे दोस्तों जो जुड़े साढ़े नाल साढ़े चैनल पंजाबी लहर से हाले मैं अज घर ही वाहवा दिनों बाद आया सर राती अज फिर एक नवा ब्लॉग ट्रैक के तहे रूबरू हाँ असी साढ़े को सुरेंद्र सोता साहब आए ने कुछ होर दोस्त आए ने कबड्डी का इवेंट बाबा गुरु नानक कबड्डी कप जो पाकिस्तान से होंगे हर साल वह हो जा रहा छेवं बाबा गुरु नानक कबड्डी कप है शाहकोट ननकाणा साहब उत्थे ही हो रहा उस शहर के उत्थे चले अज का ब्लॉग कबड्डी वाले सो चलते हैं आप फटाफट पहले उन्होंने शॉपिंग करनी है शॉपिंग माड़ी जी करके क्योंकि बंद शॉपिंग ज़्यादा छेती होती करके फिर आप कप से जाना आ जाओ चलीए लो भी आप आ गए होटल ए होटल है लै ली सोता साहब न मेरे घर के लागे भी है दूसरा ओ मेरा जिम है जिसे जिम आई ऑक्सी जिम तो यह उन्होंने ही होटल है बड़ा सोहना होटल है जो किसी फैसलाबाद रुकना हो सोता साहब लेने तो फिर चलते अगे लो जी सोता साहब ने कमरा कर लिया बंद आप रूम वाले कह दिए भी एक दिन होर भाई साहब ऑनलाइन तुम कह लगे एक दिन हो एक्सटेंड कर दियो रूम बहुत वधिया लगा आंदे पर नाश्ता नहीं ब्रेकफास्ट नहीं सही शुक्रिया सर ब्रेकफास्ट इंशाल्लाह मुझे बता दीजिएगा कौन कौन सी डिशेज जो हैं वो आप एक्स्ट्रा चाहते हैं इसको इम्प्रूव करेंगे सुबह ब्रेकफास्ट आपको बेहतर मिलेगा चलो एक एक्सटेंड कर दियो फिर ठीक है जी फैसलाबाद जिन्हें आना हो तो होटल वेख लो जी ऑक्सी जिम एंड क्लब मोर देन वेलकम टू आवर होटल सर ਇਹਦੇ ਕੋਲ ਗਾਣਾ ਗਵਾਉਣਾ ਉੱਥੇ ਆ ਜਾਣਾ ਗੋਡੀਆ ਰਾਜ ਫੁੱਲ ਭਾਵਾ ਅੰਤ ਗਰਾਉਂਡ ਫੜ ਕੇ ਰੱਖ ਹਾਂ ਅਸੀਂ ਪੁੱਤ ਕਬੱਡੀ ਦੇ ਪਿੰਡਾਂ ਚੋਂ ਆਉਨੇ ਹਾਂ ਨਸ਼ਿਆਂ ਦੇ ਪੱਟੇ ਨਹੀਂ ਤਾਂ ਹੀ ਜੱਫੇ ਲਾਉਨੇ ਹਾਂ ਛੂਟਾ ਮਾਰਦੇ ਤੜਕੇ ਵੱਟਾਂ ਤੇ ਧੂੜਾ ਅੰਬਰਾਂ ਵੱਲ ਨੂੰ ਛੱਡੀਦਾ ਤੁਸੀਂ ਸੂਟੇ ਲਾ ਕੇ ਕੱਢਦੇ ਹੋ ਅਸੀਂ ਫੋੜਦਾ ਧੂਆਂ ਕੱਢੀਦਾ ਆ ਬਾਤ ਹੈ ਬਹੁਤ ਸੋਹਣਾ ਸਾਰਾ ਨਹੀਂ ਸੁਣਾਉਣਾ ਸਮੀ ਤੇਰੇ ਕੋ ਹੁਣ ਜਾ ਕੇ ਗਰਾਊਂਡ 'ਚ ਵੀ ਤੇਰੇ ਕੋ ਸੁਣਨਾ ਹੈ ਤੂੰ ਗਰਾਊਂਡ 'ਚ ਜਾ ਕੇ ਠੀਕ ਹੈ ਠੀਕ ਭਾਜੀ ਆ ਵੇਖੋ ਟਰੱਕ ਤੁਸੀਂ ਟਰੱਕ ਚਲਾਉਂਦੇ ਜੇ ਨਾ ਮੈਂ ਤਾਂ ਰੇਜ ਚਲਾਉਂਦੇ ਆ ਵੇਖੋ ਇਹ ਉਹਨੇ ਟਰੱਕ ਦਾ ਮੁੱਲ ਨਹੀਂਗਾ ਜਿੰਨੇ ਦਿਨ ਲੈਟਾ ਲਾਤੀ ਆਪਾਂ ਪਹੁੰਚ ਗਏ ਜੀ ਨਨਕਾਣਾ ਸਾਹਿਬ ਤੇ ਮੈਂ ਗੱਡੀ ਪਾਰਕਿੰਗ ਤੇ ਲਾਉਣ ਆ ਗਿਆ ਚੱਲਦੇ ਹੁਣ ਭਾਈ ਸਾਹਿਬ ਮੱਥਾ ਟੇਕ ਲੈਣ ਤੇ ਫਿਰ ਅੱਗੇ ਆਪਾਂ ਟੂਰਨਾਮੈਂਟ ਦੇ ਬਾਅਦ ਚ ਜਾਣਾ ਇਸ ਤੋਂ ਬਾਅਦ ਲਓ ਜੀ ਆ ਗਏ ਆ ਨਨਕਾਣਾ ਸਾਹਿਬ ਗੁਰਦੁਆਰੇ ਤੇ ਭਾਈ ਸਾਹਿਬ ਦਰਸ਼ਨ ਕਰਨ ਆਏ ਨੇ ਭਾਈ ਸਾਹਿਬ ਚਲੀਏ ਫਿਰ ਮੱਥਾ ਟੇਕਣ ਹਾਜ਼ਰੀ ਹੋ ਗਈ ਹੈ ਬਾਬਾ ਜੀ ਦੇ ਹਾਂਜੀ ਹਾਂਜੀ
चलो जी आओ दर्शन तुम भी करावे नाल भाई हूँ मत्था टेकन गए। एक मिनट सर बस ऐस फटे तो आप जाना बह हूं तो नहर के कंडे बह के खानिया जलेबियां वाह चाचा रड़वियां जी तो बरीक पा जी बह जो इतने ये रोड के उत्ते नहर के कंडे आखो जलेबियां खान रुकते जेडे इतो मुसाफिर होंगे ना आवे सैकलों से आए दो मुंडे फैमिली भी इस तरह आके रोक के खाते इतों फिर जलेबियां स्वाद लेंगे पूरा। ਇਹ ਭਾਈ ਸਾਹਿਬ ਰੋਡ ਤੇ ਜਾਂਦੇ ਵੇਖ ਕੇ ਰੋਕਾ ਜਲੇਬੀਆਂ ਖਾਣੀਆਂ ਕਿ ਇਹਨਾਂ ਦੀ ਵਜ੍ਹਾ ਤੋਂ ਵੀ ਰੁਕਿਆ ਹਾਂ ਵੈਸੇ ਕਿਉਂਕਿ ਮੈਂ ਤੁਹਾਡੀ ਵਜ੍ਹਾ ਤੋਂ ਜ਼ਿਆਦਾ ਸਾਨੂੰ ਬੜੀ ਵਾਰੀ ਟੈਲੀਫੋਨ ਤੇ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਮੈਂ ਬਹਾਵਲਪੁਰ ਤੋਂ ਅੱਛਾ 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 ਔਰ ਮੇਰੇ ਪੇਰੈਂਟਸ ਮਾਈਗ੍ਰੇਟਡ ਨੇ ਗੁਰਦਾਸਪੁਰ ਤੋਂ ਅੱਛਾ ਅੱਛਾ ਮੇਰੇ ਵਾਲਾ ਸਾਹਿਬ ਹਯਾਤ ਨੇ ਮਾਸ਼ਾਅੱਲਾ 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 ਨੀਅਰ ਟੂ 90 ਇਅਰ ਓਲਡ ਔਰ ਆਪਣਾ ਸਕੂਲ ਔਰ ਸਾਰਾ ਕੁਝ ਜਾਣਦੇ ਨੇ ਬੱਬਰੀ ਤੁਹਾਡੇ ਨਾਲ ਸੀ ਉਹਨਾਂ ਦਾ ਇੰਟਰਵਿਊ ਕਰਵਾਉਣਾ ਜਾ ਰਿਹਾ ਵਾ ਵਾ ਇੱਕ ਬੰਦੇ ਨੂੰ ਅਸੀਂ ਅਪਰੋਚ ਕੀਤਾ ਉਹ ਬੰਦਾ ਕਹਿੰਦਾ ਜੀ ਮੈਨੂੰ ਤੇ ਕਾਸਟ ਬੜੀ ਪੈਣੀ ਹੈ ਸਾਡੇ ਫੋਰ ਫਾਦਰ ਕਿਉਂਕਿ ਅਸੀਂ ਪਾਕਿਸਤਾਨ ਮਾਈਗ੍ਰੇਟ ਕਰਕੇ ਅਸੀਂ ਡਿਸਕੋਰਡ ਬਾਅਦ ਹੋਏ ਸੀ ਡਿਸਕੋਰਡ ਕਿਹੜਾ ਪਿੰਡ ਹੈ ਪਗਵਾਲਾ ਪਗਵਾਲਾ ਠੀਕ ਹੈ ਠੀਕ ਠੀਕ ਉੱਥੋਂ ਫਿਰ ਅਸੀਂ ਸ਼ਿਫਟ ਹੋ ਗਏ ਜਿਹੜਾ ਬਾਵਲਪੁਰ ਕਿਹੜੀ ਜਗ੍ਹਾ ਬਾਵਲਪੁਰ ਸ਼ਹਿਰ ਦੇ ਵਿੱਚ ਸਟੇਡੀਅਮ ਸਟੇਡੀਅਮ ਵੀ ਜਸਟ ਬੈਕ ਸਾਈਡ ਮੈਂ ਹਾਜ਼ਰ ਹੋਵਾਂਗੇ ਮੇਰੇ ਮੈਂ ਈਦ ਤੋਂ ਬਾਅਦ ਆਉਣਾ ਜੀ ਈਦ ਦੀਆਂ ਛੁੱਟੀਆਂ ਦੇ ਵਿੱਚ ਨਾ ਮੇਰਾ ਨੰਬਰ ਤੁਸੀਂ ਲੈ ਲਓ ਲਓ ਵੀ ਜਲੇਬੀਆਂ ਗਈਆਂ ਆ ਵੇਖੋ ਖਾ ਕੇ ਰੜਵੀਆਂ ਕਿ ਨਹੀਂ ਮਜ਼ਾ ਮਜ਼ਾ ਉਹ ਫੈਮਿਲੀ ਉਹ ਤੇ ਗੱਡੀ ਚ ਦੇ ਦੋ ਗੱਡੀ ਦੇ ਬੱਚਿਆਂ ਦੇ ਐਰ ਵਰਡ ਤੇ ਨਹੀਂ ਆਂਦੀ ਇੱਧਰ ਪਤਾ ਨਹੀਂ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਤੁਹਾਡਾ ਤੇ ਨੇਟਿਵ ਨਹੀਂ ਮੇਰਾ ਫੈਸਲਾ ਬਾਦ ਤੁਹਾਡਾ ਕਿਹੜਾ ਪਿੰਡ ਆ 6 ਚੱਕ 5 ਵਾਰ ਸਰਗੋਦਾ ਰੋਡ ਤੇ ਇਹ ਕਿਧਰ ਕਿਹੜਾ ਪਿੰਡ ਇੱਧਰ ਪੈਂਦਾ ਢਾਵਾ ਦਾ ਵੀ ਪਿੰਡ ਤੇ ਹਾਂਜੀ ਚੱਕ ਪੱਟੀ ਅਰਫਾ ਕਰੀਮ ਦਾ 4 ਚੱਕ ਹੈ ਮੇਰਾ 6 ਚੱਕ ਨਾਲ ਹੀ ਹੈ ਬਿਲਕੁਲ ਨਾਲ ਲੱਗਦਾ ਗੱਡੀ ਵੇਖ ਕੇ ਹੱਥ ਦੇ ਦਿੰਦੇ ਵੀ ਖਿਲਾ ਪਛਾਣ ਲੈਂਦੇ ਉਹਦੀ ਨਨਕਾਣ ਸਾਹਿਬ ਜੀ ਉੱਥੋਂ ਹੈ ਤੂੰ ਯੂਰਪ ਹੁੰਦਾ ਵੈਸੇ ਹੁਣ ਹਾਂਜੀ ਹਾਂਜੀ ਕਿਹੜਾ ਪਿੰਡ ਸੀ ਬੱਬਰੀ ਨੰਗਲ ਬੱਬਰੀ ਨੰਗਲ 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 ਨੂਰ ਗਾਫ ਨਾਮ ਬੱਬਰੀ ਕਿਹੜੇ ਸ਼ਹਿਰ ਦੇ ਪੈਂਦਾ ਹਰੀਵਾਲ ਡਿਸਟ੍ਰਿਕਟ ਗੁਰਦਾਸਪੁਰ ਨੀਅਰ ਬਾਈ ਜੋ ਟਾਊਨ ਹੈ ਧਾਰੀਵਾਲ ਜਿੱਥੇ ਉਹ ਗਰਮ ਕੱਪੜੇ ਦਾ ਕਾਰ ਨਾ ਨੂੰ ਤੁਸੀਂ ਆਪਣੇ ਬਿਓਰਗਾ ਦਾ ਮੈਂ ਵੀ ਟਰਾਈ ਕਰੂੰਗਾ ਲੱਭਣ ਦੀ ਮੇਰੇ ਦਾਦਾ ਜੀ ਦਾ ਨਾਮ ਤੇ ਮੁਹੰਮਦ ਦੀ ਟੈਕਸਟ ਮੈਸੇਜ ਕਰ ਦੋ ਇਹਨਾਂ ਨੂੰ ਮੈਂ ਉਹ ਵੀਡੀਓ ਜੀ ਦੱਸ ਦਿੰਦਾ ਕਰੋ ਓਕੇ ਇਹਨਾਂ ਨੂੰ ਮੈਂ ਵਾਰਡ ਸਾਹਿਬ ਨੂੰ ਦੱਸਦਾ बाबा गुरु नानक कबड्डी कप ओहदे ते आए उथे थोड़ी देर आपां कबड्डी वेखदे ਆਵਾਮ ਬੇਸ ਹਿਸਾਬੀ ਆਵਾਮ ਕਿੱਧਰ ਚਲਿਆ ਜੀ ਆਹ ਚਲਿਆ ਸ਼ੇਰੇ ਪੰਜਾਬ ਕਬੱਡੀ ਕਲੱਬ 31 ਤੇ ਕਾਤਲਾਬਾਦ 26 31 ਦਾ ਮੁਕਾਬਲਾ ਜੀ ਆਨ ਜੀ ਬਿਸਮਿਲ੍ਲਾ ਸਹੋਤਾ ਬਰਾਬਰ ਸਰਦਾਰ ਸਿੰਘ ਜੀ ਵੈਲਕਮ ਸਰਦਾਰ ਸੁਰਿੰਦਰ ਸਹੋਤਾ ਹਰ ਪੰਜਾਬ ਦਾ ਕੱਲਾ ਕੱਲਾ ਪੁੱਤੇ
ਬਣਿਆ ਥੋੜਾ ਘੋੜਾ ਜਿਹਾ ਪੰਜਾਬ ਨੂੰ ਦਿੱਲੀ ਵਾਲੇ ਕਿਵੇਂ ਦੱਬ ਜਾਓਗੇ ਤੁਹਾਡੇ ਲਈ ਮਜ਼ਾਕ ਥੋੜਾ ਜਿਹਾ ਨਾਲ ਸੰਨੀ ਜੱਟ ਭਰਾ ਸਾਡਾ ਵਧੀਆ ਸਿੰਗਰ ਆ ਭਰਾ ਨੂੰ ਰੱਬ ਚੜ੍ਹਦੀ ਕਲਾ ਰੱਖੇ ਸੰਨੀ ਜੱਟ ਵੀਰ ਆ ਸਾਡਾ ਹੈਦਰਾਬਾਦ ਹੈਦਰਾਬਾਦ ਤੱਤੀ ਆ ਵੀ ਦੋਵੇਂ ਕਲਾਬਾਂ ਦੇ ਜੀ ਸੁਭਾ ਗਾ ਕੀ ਕਰਦਾ ਤੇ ਕਿਤਾਬਾਂ ਚ ਕਰਦਾ ਯਾਦ ਰਹਿੰਦੇ ਆ ਮਰਦ ਨੂੰ ਤਾਨਾ ਕਬੱਡੀ ਦੇ ਟੂਰਨਾਮੈਂਟ ਲੈ ਲਈ ਆਪਾਂ ਆ ਗਿਆ ਛੁੱਟੀ ਲੈ ਲਈ ਯਾਰ ਰਸ਼ ਵੀ ਬੜਾ ਸੀ ਤੇ ਘੱਟੇ ਨਾ ਹੋ ਗਿਆ ਬੁਰਾ ਹਾਲ ਇੰਨਾ ਮਾੜਾ ਹਾਲ ਪਾਕਿਸਤਾਨ ਦੀ ਕਬੱਡੀ ਦਾ ਦੱਸ ਨਹੀਂ ਸਕਦੇ ਉਹ ਕਿਉਂ ਕਿਸ ਤਰ੍ਹਾਂ ਇੱਕ 6 ਰੇਡਾਂ ਪਈਆਂ ਤੇ 4 ਵਾਰੀ 6 ਰੇਡਾਂ ਦੇ ਵਿੱਚ ਲਾਈਨ ਅਪ ਕਰਾ ਕੇ ਇੰਟਰੋਡਕਸ਼ਨ ਕਰਾਇਆ ਖਿਡਾਰੀਆਂ ਡਿਫਰੈਂਟ ਡਿਫਰੈਂਟ ਬੰਦਿਆਂ ਨਾਲ ਉਹ ਹੁੰਦਾ ਇਸ ਤਰ੍ਹਾਂ ਨਾ ਵੀ ਮੈਚ ਚੱਲਦੇ ਜੇ ਕੋਈ ਆ ਜਾਂਦਾ ਤੇ ਖਿਲਾ ਕੇ ਇੰਟਰੋਡਕਸ਼ਨ ਕਰਾਉਂਦਾ ਵੀ ਮਾੜੀ ਗੱਲ ਇੱਦਾਂ ਨਹੀਂ ਹੋਣਾ ਚਾਹੀਦਾ ਵੀ ਮੈਚ ਮੁੱਕਣ ਤੋਂ ਬਾਅਦ ਵੀ ਤੁਹਾਡੇ ਤੇ ਚਾਹੇ ਇੱਕ ਵਾਰੀ ਹਾਫ ਟਾਈਮ ਚ ਕਰਾ ਦੋ ਚਾਹੇ ਪਹਿਲਾਂ ਕਰਾ ਦੋ ਡਨ ਵੈਸੇ ਵੀ ਟੀਮਾਂ ਟੱਡੀਆਂ ਪਹਿਲਾਂ ਆਈਆਂ ਹੁੰਦੀਆਂ ਸਾਡੇ ਥੋੜੀ ਜਿਹੀ ਘਾਟ ਹੈ ਵੀ ਟੀਮਾਂ ਨਹੀਂ ਆਉਂਦੀਆਂ ਅੱਧਾ ਅੱਧਾ ਘੰਟਾ ਜੇ ਆ ਜਾਣ ਤੇ ਮਹਿਮਾਨੇ ਖਸੂਸੀ ਯਾਰ 15 ਮਿੰਟ ਬਾਅਦ ਆ ਜਾਂਦਾ ਇਹ ਵੀ ਗੱਲ ਹੈ ਮਹਿਮਾਨੇ ਖਸੂਸੀ ਨੂੰ ਅੰਦਰ ਲੈ ਕੇ ਜੇ ਉਹ ਤੇ ਗੁੱਸਾ ਕਰ ਜਾਂਦੇ ਵੀ ਅੰਦਰ ਨਹੀਂ ਖੜਿਆ ਚਲੋ ਚੱਲਦੇ ਹੁਣ ਜੀ ਇਹਨਾਂ ਨੂੰ ਅੱਗੇ ਆਪਾਂ ਲੈਲਪੁਰ ਜਾਣਾ ਸ਼ੋਪਿੰਗ ਸ਼ੁਪਿੰਗ ਕਰਨੀ ਹੈ ਬਾਕੀ ਗੱਲਾਂ ਬਾਤਾਂ ਫੇਰ ਕਰਦੇ ਲਓ ਵੀ ਆਪਾਂ ਰੁਕ ਗਏ ਹਾਂ ਹਾਜੀ ਹੋਟਲ ਤੇ ਸ਼ਾਹਕੋਟ ਇੱਥੋਂ ਰੋਟੀ ਪਾਣੀ ਖਾ ਲਈਏ ਦੇਸੀ ਮੁਰਗਾ ਲੱਭਦਾ ਇੱਥੋਂ ਖਾ ਲਈਏ ਤੇ ਖਾ ਕੇ ਤੇ ਫਿਰ ਅੱਗੇ ਆਪਾਂ ਨਿਕਲਾਂਗੇ ਸਪੈਸ਼ਲ ਕਮਰਾ ਮਿਲਿਆ ਆਪਾਂ ਨੂੰ ਸਪੈਸ਼ਲ ਆਇਓ ਰੋਟੀ ਖਾ ਕੇ ਆਪਾਂ ਸ਼ਾਹਕੋਟ ਤੋਂ ਆ ਗਏ ਹੁਣ ਫੈਸਲਾਬਾਦ ਪਹੁੰਚ ਗਏ ਹਾਂ ਤੇ ਸਵੋਤਾ ਸਾਹਿਬ ਆਉਂਦੇ ਵੀ ਲੈਣਾ ਡਰਾਈ ਫਰੂਟ ਪਾਕਿਸਤਾਨ ਦਾ ਡਰਾਈ ਫਰੂਟ ਲੈ ਕੇ ਜਾਣਾ ਤੇ ਡਰਾਈ ਫਰੂਟ ਲੈਣ ਦੇ ਤੇ ਨਾਲੇ ਤੁਹਾਨੂੰ ਘੰਟਾ ਘਰ ਹੋਣਾ ਮੈਂ ਇੱਥੋਂ ਲੈਲਪੁਰ ਦਾ ਇਹ ਜੀ ਲੈਲਪੁਰ ਦਾ ਘੰਟਾ ਘਰ ਅੱਗੇ ਵੀ ਤੁਹਾਨੂੰ ਵਿਖਾਇਆ ਬਲੌਗ 'ਚ ਇੱਥੇ ਅਮਰ ਡਰਾਈ ਫਰੂਟ ਵਾਲਾ ਦਾ ਡਰਾਈ ਫਰੂਟ ਬਹੁਤ ਵਧੀਆ ਆਉਂਦਾ ਜ਼ਬਰਦਸਤ
ਇੱਥੇ ਡਰਾਈ ਫਰੂਟ ਲੈਣ ਵਾਸਤੇ ਆਏ ਤੇ ਰਸ਼ ਵੇਖੋ ਕਿੰਨਾ ਪਿਆ ਡਰਾਈ ਫਰੂਟ ਲੈਣ ਲਈ ਤੇ ਸੋਤਾ ਸਾਹਿਬ ਖਰੀਦਦੇ ਪਏ ਆ ਡਰਾਈ ਫਰੂਟ। ਕੈਸਾ ਖਾਨ ਸਾਹਿਬ ਠੀਕ ਹੈ? ये अपने आए सरदार साहब, इनको देना अच्छा था ड्राई फ्रूट। ये कराउंगे सानू टेस्ट अपने ड्राई फ्रूट का। आ बड़ा स्पेशल देना था काजू, मैं अगले दिन लेके गया काजू। ये सारा सारा है तो इनको आया ना, जेड़ा केपी के ना उठे था बने केपी के ना उठे था साढ़े खैबर पख्तूनखा। लो भी दोस्तों ड्राई फ्रूट आप ले लिया तो हमने घर की तैयारी। अज का ये साडा ब्लॉग, कल तक सौ सानू इजाजत मिलते हैं तुम्हें कल के ब्लॉग के, उन्नी देर दो सानू इजाजत मिलते हैं, फिर रब रेखा।